ਓ ਸੈਕਟਰ 88 ਵਿੱਚ ਟਾਈਮ ਪਾ ਲਿਆ, ਪਾਵਾਂਗੇ ਪਟਾਕੇ ਦੋਵਾਂ ਵੇਮ ਪਾ ਲਿਆ। ਮਰਜ਼ਾਨਾ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿੱਤਰੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰੰਮੀ ਰੰਧਾਵਾ ਅਤੇ ਐਲੀ ਮਾਂਗੜ ਦਾ ਮੁੱਦਾ ਬਹੁਤ ਹੀ ਜ਼ਿਆਦਾ ਗਰਮ ਹੋਇਆ ਹੈ, ਜਿਹੜਾ ਕਿ ਠੰਡਾ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਅਜਿਹਾ ਮੁੱਦਾ ਜਿਸ ਨੇ ਇਹਨਾਂ ਦੋਵਾਂ ਗਾਇਕਾਂ ਪਿੱਛੇ ਲਾ ਦਿੱਤੀ ਹੈ ਪੁਲਿਸ। ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਕਿ ਐਲੀ ਮਾਂਗੜ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਐਲੀ ਮਾਂਗੜ ਨੂੰ ਪੁਲਿਸ ਰਿਮਾਂਡ 'ਤੇ ਹੈ। ਜੀ ਮਿੱਤਰੋ, ਹੁਣ ਕੋਰਟ ਵਿੱਚ ਕੇਸ ਚੱਲ ਪਿਆ ਹੈ ਐਲੀ ਮਾਂਗੜ ਅਤੇ ਰੰਮੀ ਰੰਧਾਵਾ ਦਾ। ਤੁਹਾਨੂੰ ਦੱਸ ਦਈਏ ਕਿ ਰੰਮੀ ਰੰਧਾਵਾ ਅਜੇ ਫਰਾਰ ਹੈ, ਜੋ ਪੁਲਿਸ ਦੇ ਹੱਥੇ ਨਹੀਂ ਲੱਗਿਆ। ਅਤੇ ਦੋਸਤੋ, ਇਸ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨੌਜਵਾਨ ਰੰਮੀ ਰੰਧਾਵਾ ਅਤੇ ਐਲੀ ਮਾਂਗੜ ਦੇ ਆਪਣੇ ਗਾਣੇ ਰਾਹੀਂ ਮੰਜੀ ਠੋਕਦਾ ਪਿਆ ਹੈ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਦੀ ਬੱਲੇ ਬੱਲੇ ਕਰਦਾ ਪਿਆ ਹੈ। ਆਓ ਤੁਹਾਨੂੰ ਵੀ ਉਸ ਵੀਡੀਓ ਵੱਲ ਲੈ ਚੱਲਦੇ ਹਾਂ। ਅਤੇ ਮਿੱਤਰੋ, ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਕਿ ਜੇ ਤੁਸੀਂ ਅਜੇ ਤੱਕ ਮਰਜ਼ਾਨਾ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਸੋ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵਧਦਿਆਂ ਵੀਡੀਓ ਵੱਲ। ਓ ਸੈਕਟਰ 88 ਵਿੱਚ ਟਾਈਮ ਪਾ ਲਿਆ, ਪਾਵਾਂਗੇ ਪਟਾਕੇ ਦੋਵਾਂ ਵੇਮ ਪਾ ਲਿਆ। ਸੈਕਟਰ 88 ਵਿੱਚ ਟਾਈਮ ਪਾ ਲਿਆ, ਪਾਵਾਂਗੇ ਪਟਾਕੇ ਦੋਵਾਂ ਵੇਮ ਪਾ ਲਿਆ। ਕੰਮ ਹੋਇਆ ਨੱਕੋ ਨੱਕ ਲਿਆ, ਗੇਟ ਤੇ ਹੀ ਟੱਕ ਘਰੋਂ ਲੈ ਗਏ ਚੁੱਕ ਕੇ। ਲਾਈਵ ਵਾਲੇ ਲਾਈਵ ਹੁੰਦੇ ਰਹਿ ਗਏ ਮਿੱਤਰੋ ਤੇ ਮਾਮੇ ਮੇਲਾ ਲੁੱਟ ਗਏ। ਲਾਈਵ ਵਾਲੇ ਲਾਈਵ ਹੁੰਦੇ ਰਹਿ ਗਏ ਮਿੱਤਰੋ ਤੇ ਮੇਲਾ ਮਾਮੇ ਲੁੱਟ ਗਏ। ਓ ਸੈਕਟਰ 88 ਵਿੱਚ ਟਾਈਮ ਪਾ ਲਿਆ, ਪਾਵਾਂਗੇ ਪਟਾਕੇ ਦੋਵਾਂ ਵੇਮ ਪਾ ਲਿਆ। ਸੈਕਟਰ 88 ਵਿੱਚ ਟਾਈਮ ਪਾ ਲਿਆ, ਪਾਵਾਂਗੇ ਪਟਾਕੇ ਦੋਵਾਂ ਵੇਮ ਪਾ ਲਿਆ। ਕੰਮ ਹੋਇਆ ਨੱਕੋ ਨੱਕ ਲਿਆ, ਗੇਟ ਤੇ ਹੀ ਟੱਕ ਘਰੋਂ ਲੈ ਗਏ ਚੁੱਕ ਕੇ। ਲਾਈਵ ਵਾਲੇ ਲਾਈਵ ਹੁੰਦੇ ਰਹਿ ਗਏ ਮਿੱਤਰੋ ਤੇ ਮਾਮੇ ਮੇਲਾ ਲੁੱਟ ਗਏ। ਲਾਈਵ ਵਾਲੇ ਲਾਈਵ ਹੁੰਦੇ ਰਹਿ ਗਏ ਮਿੱਤਰੋ ਤੇ ਮੇਲਾ ਮਾਮੇ ਲੁੱਟ ਗਏ।